ਲੁਧਿਆਣਾ ਦੀ ਰਹਿਣ ਵਾਲੀ ਕਮਲਦੀਪ ਕੌਰ ਇਨੀ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਮਲਦੀਪ ਵੱਲੋਂ ਆਪਣੇ ਸਿਰ ਦੇ ਵਾਲਾਂ ਨਾਲ ਇੱਕ ਅਜਿਹੀ ਚਿੱਤਰਕਾਰੀ ਪੇਸ਼ ਕੀਤੀ ਗਈ ਹੈ ਜਿਸ ਨੂੰ ਹਰ ਕੋਈ ਦੇਖ ਕੇ ਹੈਰਾਨ ਹੋ ਜਾਵੇਗਾ। ਜੀ ਹਾਂ, ਕਮਲਦੀਪ ਵੱਲੋਂ ਆਪਣੇ ਵਾਲਾਂ ਦੇ ਨਾਲ ਡਰਾਇੰਗ ਉੱਤੇ ਕੰਮ ਕਰਕੇ ਅਲੱਗ ਅਲੱਗ ਤਰ੍ਹਾਂ ਦੀ ਚਿੱਤਰਕਾਰੀ ਬਣਾਈ ਗਈ ਹੈ। ਤੁਸੀਂ ਵੀ ਦੇਖੋ ਇਸ ਸੰਬੰਧੀ ਸਾਡੀ ਇਹ ਖਾਸ ਰਿਪੋਰਟ। ਕਮਲਦੀਪ ਕੌਰ ਨੇ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਦਾ ਏਜੰਡਾ ਸੀ ਕਿ ਉਹ ਆਪਣੇ ਵਾਲਾਂ ਨੂੰ ਸੁੱਟਣ ਦੀ ਬਜਾਏ ਵਰਤੋਂ ਵਿੱਚ ਲਿਆਉਣਾ ਚਾਹੁੰਦੇ ਸਨ, ਜਿਸ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਅਤੇ ਉਹਨਾਂ ਨੇ ਇਹਨਾਂ ਵਾਲਾਂ ਨੂੰ ਸਾਂਭਣ ਦੇ ਲਈ ਡਰਾਇੰਗ ਦੇ ਉੱਤੇ ਆਪਣੀ ਚਿੱਤਰਕਾਰੀ ਕਰ ਦਿਖਾਈ ਹੈ। ਮਨ ਦੇ ਵਿੱਚ ਵਿਚਾਰ ਇਸ ਤਰ੍ਹਾਂ ਆਇਆ ਕਿ ਐਕਚੁਅਲੀ ਆਈ ਵਾਜ਼ ਹੈਵਿੰਗ ਅ ਵੈਰੀ ਗ੍ਰੇਟ ਹੇਅਰ ਫਾਲ ਹੁੰਦਾ ਸੀਗਾ, ਤਾਂ ਇੱਕਦਮ ਸੋਚਿਆ ਕਿ ਕਿਉਂ ਨਾ ਆਪਣੇ ਵਾਲ ਰੱਖਣੇ ਸ਼ੁਰੂ ਕਰਦਾ ਇੱਕਦਮ। ਤਾਂ ਫਿਰ ਅਚਾਨਕ ਮੇਰੀ ਫ੍ਰੈਕਚਰ ਹੋ ਗਿਆ ਸੀਗਾ, ਮੈਂ ਜੋਬ ਛੱਡੀ, ਅਤੇ ਫਿਰ ਮੇਰਾ ਵਿਚਾਰ ਆਇਆ ਕਿ ਕਿਉਂ ਨਾ ਮੈਂ ਵਾਲਾਂ ਨੂੰ ਯੂਜ਼ ਕਰਾਂ ਕਿਸੇ ਚੀਜ਼ ਦੇ ਵਿੱਚ, ਮੈਂ ਉਹਨਾਂ ਨੂੰ ਵੇਸਟ ਨਹੀਂ ਕਰਨਾ ਚਾਹੁੰਦੀ ਸੀ, ਸੁੱਟਣਾ ਨਹੀਂ ਚਾਹੁੰਦੀ ਸੀਗੀ। ਸੋ ਇੱਕਦਮ ਵਿਚਾਰ ਆਇਆ ਅਤੇ ਫਿਰ ਮੈਂ ਸੋਚਿਆ ਕਿ ਚਲੋ ਆਪਾਂ ਕਰਕੇ ਦੇਖਦੇ, ਇੱਕ ਵਾਰੀ ਕਰਕੇ ਦੇਖਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ। ਦੈਨ ਮੈਂ ਪਹਿਲੀ ਵਾਰੀ ਬਣਾਇਆ, ਪਹਿਲੀ ਮੇਰੀ ਇਹ ਡਰਾਇੰਗ ਸੀਗੀ, ਇਹ ਪਹਿਲੀ ਡਰਾਇੰਗ ਸੀਗੀ। ਜਦੋਂ ਮੈਂ ਪਹਿਲੀ ਡਰਾਇੰਗ ਕੀਤੀ ਤਾਂ ਮੈਨੂੰ ਬਹੁਤ ਟਾਈਮ ਲੱਗਿਆ, ਮਤਲਬ ਮੈਨੂੰ 15 ਦਿਨ ਲੱਗ ਗਏ ਸੀ ਇਹਨੂੰ ਕੰਪਲੀਟ ਕਰਦੇ ਹੋਏ ਇਸ ਡਰਾਇੰਗ ਨੂੰ। ਬਟ ਉਸ ਤੋਂ ਬਾਅਦ ਮੈਨੂੰ ਮਤਲਬ ਥੋੜ੍ਹਾ ਸਮਾਂ ਦਾ ਮੈਨੂੰ ਪਤਾ ਲੱਗ ਗਿਆ ਕਿ ਥੋੜ੍ਹਾ ਘੱਟ ਮੈਂ ਕਿਵੇਂ ਕਰ ਸਕਦੀ ਹਾਂ, ਥੋੜ੍ਹਾ ਜਲਦੀ ਕਿਵੇਂ ਕਰ ਸਕਦੀ ਹਾਂ ਸਮੇਂ ਦੇ ਹਿਸਾਬ ਨਾਲ। ਸੋ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗ ਗਿਆ, ਅਤੇ ਫਿਰ ਮੈਂ ਹੁਣ ਰੋਜ਼ 2-3 ਘੰਟੇ ਲਾਉਂਦੀ ਸੀਗੀ ਆਪਣੀ ਪੇਂਟਿੰਗ 'ਤੇ। ਮੈਂ 4 ਪੇਂਟਿੰਗਾਂ ਬਣਾਈਆਂ ਜਿਹਦੇ 'ਚ ਇਹ ਮੇਰੀ ਆਖਰੀ ਹੈ ਅਤੇ ਸਭ ਤੋਂ ਅੱਛੀ ਹੈ, ਮੇਰੀ ਫੇਵਰੇਟ ਹੈ ਇਹ, ਕਿਉਂਕਿ ਇੱਥੇ ਮੈਂ ਬਹੁਤ ਬਰੀਕੀ ਦਾ ਕੰਮ ਕੀਤਾ। ਇਸ ਨੂੰ ਮੈਂ 10 ਦਿਨ 'ਚ ਕੰਪਲੀਟ ਕੀਤਾ ਸੀਗਾ, ਅਤੇ ਇਹਦੇ 'ਤੇ ਮੈਂ ਰੋਜ਼ 2-2-3-3 ਘੰਟੇ ਲਾਉਂਦੀ ਹੁੰਦੀ ਸੀ। ਇਹਦੇ 'ਚ ਮਟੀਰੀਅਲ ਇੱਕ ਸਿੰਪਲ ਤੁਹਾਡੇ ਕੋਲ ਡਰਾਇੰਗ ਹੋਣੀ ਚਾਹੀਦੀ ਹੈ, ਠੀਕ ਹੈ। ਜੇ ਤੁਸੀਂ ਆਪ ਬਣਾ ਲਓ ਤਾਂ ਬਹੁਤ ਵਧੀਆ, ਕੈਨਵਸ ਦੇ ਪਿੱਛੇ, ਅਦਰਵਾਈਜ਼ ਤੁਸੀਂ ਉਹਨੂੰ ਛਾਪ ਸਕਦੇ ਹੋ, ਠੀਕ ਹੈ, ਕੈਨਵਸ ਦੇ ਪਿੱਛੇ। ਫਿਰ ਮੇਨ ਮਟੀਰੀਅਲ ਕੀ ਹੁੰਦਾ, ਮੇਰਾ ਵਾਲ, ਮੇਰੇ ਵਾਲ ਮੈਨੂੰ ਲੱਗਦਾ ਬਹੁਤ ਜ਼ਿਆਦਾ ਸਟਰੋਂਗ ਨੇ, ਅਤੇ ਜਿਵੇਂ ਇੱਕ ਥਰੈਡ ਹੁੰਦਾ ਨਾ ਆਪਣਾ ਧਾਗਾ ਹੁੰਦਾ, ਉਹਦੇ ਵਰਗੇ ਮੈਨੂੰ ਫੀਲ ਹੁੰਦੇ ਆ। ਤਾਂ ਕਰਕੇ ਫਿਰ ਮੈਂ ਆਪਣਾ ਜਿਹੜਾ ਇਹ ਕੰਮ ਕੀਤਾ, ਅਤੇ ਇਹਦੇ ਵਿੱਚ ਜ਼ਿਆਦਾ ਕੁਛ ਨਹੀਂ, ਇੱਕ ਸੂਈ ਚਾਹੀਦੀ ਆਪਣੇ ਕੋਲ, ਸੂਈ, ਵਾਲ, ਇੱਕ ਆਪਣੇ ਕੋਲ ਆਹ ਹੋਣੀ ਚਾਹੀਦੀ, ਸੀਜ਼ਰ ਹੋਣੀ ਚਾਹੀਦੀ ਹੈ, ਅਤੇ ਇੱਕ ਆਪਣੇ ਕੋਲ ਫੋਟੋ ਕਾਪੀ ਕਰਨ ਵਾਲਾ, ਮਤਲਬ ਇਹਨੂੰ ਅੱਗੇ ਪਿੱਛੇ ਛਾਪਣ ਵਾਲਾ ਹੋਣਾ ਚਾਹੀਦਾ, ਕਾਰਬਨ ਪੇਪਰ। ਉਹਨਾਂ ਕਿਹਾ ਕਿ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਉਹਨਾਂ ਦੀ ਦਿਲੀ ਇੱਛਾ ਹੈ, ਜਿਸ ਨੂੰ ਉਹ ਜ਼ਰੂਰ ਪੂਰਾ ਕਰਨਗੇ। ਆਈ ਜਸਟ ਏਮ ਕਿ ਮੈਂ ਇੰਡੀਆ ਬੁੱਕ ਆਫ ਰਿਕਾਰਡ ਨੂੰ ਆਪਣਾ ਭੇਜਿਆ ਸੀਗਾ ਕਿ ਮੈਂ ਇਹ ਕਰਨਾ ਚਾਹੁੰਦੀ ਹਾਂ, ਦੇਖੋ ਕਿ ਮੇਰਾ ਇਹ ਰਿਕਾਰਡ ਦਰਜ ਕਰੋ ਕਿ ਮੈਂ ਵਾਲਾਂ ਨਾਲ ਡਰਾਇੰਗ ਕਰਦੀ ਹਾਂ। ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਵੀਡੀਓਜ਼ ਵਗੈਰਾ ਭੇਜੋ, ਆਪਣਾ ਸਬੂਤ ਭੇਜੋ ਕਿ ਤੁਸੀਂ ਕਰਦੇ, ਅਤੇ ਉਹ ਮੈਂ ਸਬੂਤ ਉਹਨਾਂ ਨੂੰ ਦੇਵਾਂਗੀ। ਐਂਡ ਏਮ ਇਹੀ ਹੈ ਕਿ ਮੇਰਾ ਨਾਮ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਹੋਵੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।